झूठ का पर्दाफाश। अमृतसर पुलिस ने रानी का बाग इलाके में एक NRI की कोठी में हुई लूट की वारदात को हल कर लिया है। इस मामले में पुलिस ने 5 आरोपियों को गिरफ्तार किया है, जिन्होंने हथियारों के बल पर घर में घुसकर नेपाली दंपत्ति को बंधक बनाकर रखा था। उन्होंने उनसे पैसे की लूटपाट भी की। इस मामले में पुलिस का कहना है कि आरोपियों के पास से 20 ग्राम हेरोइन बरामद की गई है, साथ ही पिस्तौल और मोटरसाइकिल जिनका इस्तेमाल वारदात में हुआ था को भी पकड़ लिया गया है। पुलिस का कहना है कि ये वारदात कोठी के ऊपर कब्जा करने के नियत से की गई है। अमृतसर से सनी सहोता की खास रिपोर्ट। और मेरे को शॉर्ट्स कर बाबा बूढ़े से आए सीधा अंदर ही आ गए, तो सीधा मेरे को पकड़ के सीधा अंदर कमरे में ले गए। तो कहते माल निकाल कितना है, सीधा पेट्रोल निकाल कान पट्टी में लगाया, दूसरे ने पेट में लगाया। और ये मेरा बीवी घरवाली बोलने लगी, तो तीसरा आया कहता टैप बांधे इसको मुंह में, इसके भी घर से अंदर ले गया। कितने पैसे ले गए आपसे? 35,000 कैश थे, बाकी सोने से 3-4 तोले वो ले गए। उसके बाद फिर इसने बोला लूटनी है तो हमें क्या लूटना, गरीब बंदे ऊपर कोठी वाले को लूटो। फिर इन्होंने हमें ये कमरा बंद करके चले गए ऊपर। जैसे ऊपर चले गए मैंने जोर से एक लात मारा, दरवाजा टूट गया, मैं सीधा बाहर जाके हल्ला मचाया। उपरों की ना टप के होने मेरे को अजे तक इदां दी कोई इनफॉर्मेशन नहीं आई। इन्ना जरूर है पता लगा भी कोई 3 बंदे एंटर किए ने, वो एंटर करके इन्हां नूं की अंदर गल हुई है, अंदर सर्च किया या कुछ कढ़िया है, वो असीं वेरीफाई कर रहे हैं। सर्च असीं भी सारी की है पर बंदे कोई ट्रेस नहीं हुए। जिमें कि हुण नवीं जानकारी ये पता लगी है भी उन्होंने आके इन्होंने कहा भी तुहाडे पिंडों असीं बाबे बुढ़े तो आए हैं, इहदा मतलब है भेती ने जानकार ने, कोई इशू नहीं है, असीं जल्दी सॉर्ट आउट कर देंगे। 3 बंदे सीगे जी, मैं पहला भी दस चुका तुहानूं। सीसीटीवी फरोल रहे हैं जी, आले दुआले वाले दोनों साइडां वाले, असीं डेफिनेटली इस मसले नूं क्रैक कर देंगे। तुहाडी शायद नॉलेज होवे कि इक घर च हथियारबंद व्यक्ति आ गया सी, जिन्होंने कोई लुट खोह करके
ਕਿਸ਼ਨ ਬਹਾਦਰ ਸੀ, ਉਹਦੀ ਸੰਗੀਤਾ ਵਾਈਫ ਸੀ, ਉਹਦੇ ਕੋਲ ਕੋਈ ਪੈਸੇ ਕੁਛ ਗਹਿਣੇ ਲੁੱਟ ਕੇ ਲੈ ਗਿਆ ਸੀ। ਉਸ ਦਿਨ ਮੇਰੇ ਖਿਆਲ ਗਵਾਲੀਅਰ ਸਾਹਿਬ ਦੀ ਵੀ ਵਿਜ਼ਿਟ ਸੀ ਅਤੇ ਰੌਲਾ ਪੈ ਗਿਆ ਸੀ ਕਿ ਅੱਤਵਾਦੀ ਆ ਗਏ ਅੱਤਵਾਦੀ। ਅਸੀਂ ਕਾਫੀ ਏਡੀਸੀਪੀ ਟੂ ਸਾਹਿਬ ਮੌਕੇ 'ਤੇ ਪਹੁੰਚ ਗਏ ਸੀ, ਏਸੀਪੀ ਸਾਹਿਬ ਕ੍ਰਾਈਮ ਚਲੇ ਗਏ, SHO ਪਹਿਲੋਂ ਕੈਂਟ ਗਿਆ, ਫਿਰ SHO ਸਿਵਲ ਲਾਈਨ ਜਾ ਕੇ ਕਾਫੀ ਸਰਚ ਵਗੈਰਾ ਕੀਤੀ ਅਤੇ ਕੇਸ ਰਜਿਸਟਰ ਹੋ ਗਿਆ ਸੀ। ਪਰ ਸਾਡੇ ਬਹੁਤ ਮਿਹਨਤ ਨਾਲ CA ਸਟਾਫ, ਏਡੀਸੀਪੀ ਕ੍ਰਾਈਮ ਸਰਾਰਜੀਤ ਸਿੰਘ, ADCP 2 ਸਰਾਰ ਲਖਵੀਰ ਸਿੰਘ ਉਹਨਾਂ ਦੀ ਨਿਗਰਾਨੀ ਹੇਠ, ACP ਕ੍ਰਾਈਮ ਔਰ SHO ਸਿਵਲ ਲਾਈਨ ਅਤੇ CI ਸਟਾਫ ਨੇ ਮਿਲ ਕੇ ਇਹ ਜਿਹੜਾ ਕੇਸ ਹੈ ਡਿਟੈਕਟ ਕੀਤਾ। ਇਹ ਇਹਦੇ ਵਿੱਚ ਮੋਬਾਈਲ ਸੀ, ਮੋਬਾਈਲ ਜਦੋਂ ਅਸੀਂ ਟਰੇਸ ਕੀਤਾ ਤਾਂ ਮੋਬਾਈਲ ਤੋਂ ਮੁੰਡੇ ਬਿੱਲੀ ਨੂੰ ਫੜਿਆ, ਉਹਨੇ ਦੱਸਿਆ ਕਿ ਮੈਂ ਮੋਬਾਈਲ ਫਲਾਣੇ ਬੰਦੇ ਤੋਂ ਖਰੀਦਿਆ। ਜਦੋਂ ਉਹਦੇ 'ਤੇ ਗੱਲ ਗਈ ਤਾਂ ਉਹ ਮਹਾਂਵੀਰ ਸਿੰਘ ਮੇਨ ਜਿਹੜਾ ਕੀਜ ਹੈ ਉਹ ਉਹਦੇ ਚਾਚੇ ਦੀ ਇਹ ਕੋਠੀ ਆ, ਜਿਹੜਾ ਕਿ ਉਹਦਾ ਚਾਚਾ ਬਾਹਰ ਕੈਨੇਡਾ 'ਚ NRI ਹੈ। ਮਹਾਂਵੀਰ ਸਿੰਘ ਦਾ ਮਤਲਬ ਸੀਗਾ ਕਿ ਮੈਂ ਉਹ ਕੋਠੀ 'ਤੇ ਕਬਜ਼ਾ ਕਰ ਲਾਂ, ਕਿਉਂਕਿ NRI ਤਾਂ ਇੱਕ ਵਾਰੀ ਗਏ ਮੁੜਦੇ ਲੇਟ ਹੈ। ਉਹਨੇ ਟਰਾਈ ਕੀਤੀ ਪਰ ਉਹ ਗੱਲ ਹੀ ਬਣੀ, ਫਿਰ ਉਹਨੇ ਬੰਦੇ ਹਾਇਰ ਕਰਕੇ ਇਹਨਾਂ ਨੂੰ ਬਹਾਦਰ ਕੋਲ ਭੇਜਿਆ ਕਿ ਉਹਨੂੰ ਰਾਤ ਧਮਕਾ ਕੇ ਲੁੱਟ ਸੁੱਟ ਕਰੋ, ਉਹ ਡਰਦਾ ਭੱਜ ਜਾਵੇ ਅਤੇ ਬਾਅਦ 'ਚ ਆਪਾਂ ਕੋਠੀ 'ਤੇ ਕਬਜ਼ਾ ਕਰ ਲਈਏ। ਸੋ ਉਹਦੀ ਇਹ ਮਨਸਾ ਜਿਹੜੀ ਸੀ ਸ਼ੱਕ 'ਚ ਆ ਗਈ। ਜਦੋਂ SHO ਸਾਹਿਬ ਨੇ ਉਹ ਬਹਾਦਰ ਨੂੰ ਸ਼ਾਂਤ ਤਫਤੀਸ਼ ਕਰਕੇ ਕੁਛ ਬੰਦਿਆਂ ਦੀ ਪੁੱਛਗਿੱਛ, ਕਿਹੜੇ ਬੰਦਿਆਂ ਦੀਆਂ ਕੁਛ ਫੋਟੋਗ੍ਰਾਫ ਕੁਝ ਦਿਖਾਏ ਅਤੇ ਹੌਲੀ ਸ਼ੱਕ ਦੇ ਜਦੋਂ ਮਹਾਂਵੀਰ ਨੂੰ ਕਾਬੂ ਕੀਤਾ, ਸਾਰੀ ਗੱਲ ਸਾਹਮਣੇ ਆ ਗਈ। ਉਹ ਸਾਰੇ ਜਿਹੜੇ ਬੰਦੇ ਫੜ ਕੇ ਉਹਨਾਂ ਕੋਲ ਸ਼ੱਕੀ 2 ਮੋਟਰਸਾਈਕਲ ਸੀ, ਇੱਕ ਉਹਨਾਂ ਕੋਲ ਜਿਹੜੇ ਅਸਰਾ ਲੈ ਕੇ ਆਏ ਸੀ ਪਿਸਟਲ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਸੋ ਅੱਗੇ ਤਫਤੀਸ਼ ਜਾਰੀ ਆ, ਕਿਉਂਕਿ ਜਿਹੜੀ ਆ ਹੈਰੋਇਨ ਕਿੱਥੋਂ ਲੈ ਕੇ ਆਏ, ਜਿਹੜਾ ਪਿਸਟਲ ਹੈ ਉਹ ਮੈਂ ਕਿਹਾ ਦੇਸੀ ਹੈਗਾ, ਉਹ ਮੇ ਬੀ UP ਦਾ ਹੋਵੇ, ਉਹ ਵੀ ਪਤਾ ਕਰਨਾ ਵੀ ਕਿੱਥੇ ਦੁਕਾਨ ਤੋਂ ਲੈ ਕੇ ਆਏ। ਸਰ, ਇਸ ਘਟਨਾ ਦੇ ਵਿੱਚ ਇੱਕ ਬੜੀ ਵੱਡੀ ਗੱਲ ਸੀ, ਜਦੋਂ ਪੁਲਿਸ ਗਈ ਅਤੇ ਉਹਨਾਂ ਨੇ ਇਹ ਕਿਹਾ ਵੀ ਸਾਡਾ ਨੁਕਸਾਨ ਕੋਈ ਨਹੀਂ ਹੋਇਆ, ਸਾਨੂੰ ਡਰਾਇਆ ਉਹਨਾਂ ਨੇ। ਜਦ ਮੀਡੀਆ ਪਹੁੰਚਿਆ ਤਾਂ ਉਹ ਲੇਡੀ ਨੇ ਇੰਟਰਵਿਊ ਦਿੱਤਾ ਸੀ ਵੀ 35,000 ਰੁਪਈਆ ਅਤੇ ਮੇਰੀਆਂ ਵਾਜ਼ੀਆਂ ਲੈ ਗਏ, ਕੀ ਇਸ ਬਾਰੇ ਕੋਈ ਪਤਾ ਲੱਗਾ ਜੀ ਇਨਕੁਆਇਰੀ? ਉਹਦੇ 'ਚ ਦੇਖੋ ਕੀ ਹੈ ਕਿ ਜਦੋਂ ਕੋਈ ਇਹੋ ਜਿਹਾ ਇੰਸੀਡੈਂਟ ਹੁੰਦਾ, ਜਿਹੜਾ ਮਦੇਈ ਹੈ ਉਹ ਕਾਫੀ ਸ਼ੌਕ 'ਚ ਹੁੰਦਾ, ਔਰ ਜਿਹੜਾ ਉਹਨਾਂ ਦਾ ਮੋਟਿਵ ਹੀ ਇਹ ਸੀ ਕਿ ਉਹਨਾਂ ਨੂੰ ਡਰਾਉਣਾ, ਧਮਕਾਉਣਾ, ਪ੍ਰੈਸ਼ਰਾਈਜ਼ ਕਰਨਾ, ਇਸ ਕਰਕੇ ਉਹਨਾਂ ਦੇ ਪੈਸੇ ਵੀ ਗਏ ਆ, ਸਭ ਕੁਛ ਹੋਇਆ। ਪਰ ਉਹਨਾਂ ਨੇ ਡਰਾਇਆ ਧਮਕਾਇਆ ਇੰਨਾ ਸੀ ਵੀ ਉਹ, ਜੇ ਮੇਰਾ ਖਿਆਲ ਆ ਕਿ ਪੁਲਿਸ ਮੌਕੇ 'ਤੇ ਨਾ ਜਾਵੇ ਜਾਂ ਇਸ ਕੇਸ ਨੂੰ ਟਰੇਸ ਨਾ ਕਰੀਏ ਤਾਂ ਹੋ ਸਕਦਾ ਉਹ ਇੱਥੋਂ ਘਰ ਛੱਡ ਕੇ ਚਲੇ ਹੀ ਜਾਂਦੇ। ਪਰ ਸਾਨੂੰ ਅਸੀਂ ਟਾਈਮ ਲਈ ਉਹਨਾਂ ਨੂੰ ਮੌਕੇ 'ਤੇ ਜਾ ਕੇ ਹੌਸਲਾ ਦਿੱਤਾ ਔਰ ਛੇਤੀ ਅਸੀਂ ਇਹ ਕੇਸ ਟਰੇਸ ਵੀ ਕਰ ਲਿਆ। ਹੁਣ ਮੈਂ ਖਿਆਲ ਉਹ ਹੌਸਲੇ 'ਤੇ ਉਹਨਾਂ ਨੂੰ ਪੈਸੇ ਵੀ ਵਾਪਸ ਹੋ ਜਾਣਗੇ। ਦੇਖੋ ਜਿਹੜਾ ਕ੍ਰਿਮੀਨਲ ਆ ਉਹਦੇ 'ਚ ਜਦੋਂ ਜਿੰਨਾ ਚਿਕਰ ਉਹਦੇ ਕ੍ਰਾਈਮ ਦਾ ਕੋਈ ਪਤਾ ਨਾ ਲੱਗੇ, ਕੋਈ ਟਰੇਸ ਨਾ ਹੋਏ, ਉਹਦਾ ਚਿਕਰ ਪਤਾ ਨਹੀਂ, ਉਹ ਪਹਿਲਾਂ ਕਿਸੇ ਕੇਸ 'ਚ ਅੰਦਰ ਸੀ, ਜਦੋਂ ਉਹਨੂੰ ਪ੍ਰੋਡਕਸ਼ਨ ਬਣ 'ਤੇ ਲਿਆਉਂਦਾ, ਕਈ ਵਾਰੀ ਕੀ ਹੁੰਦਾ ਕਿ ਸਾਡੇ ਕੋਲ ਪੂਰੇ ਹਜੇ ਸਬੂਤ ਨਹੀਂ ਹੁੰਦੇ, ਉਹਦੇ ਤੋਂ ਜਦੋਂ ਗੱਲਬਾਤ ਹੁੰਦੀ ਆ ਉਹ ਲੜੀ ਬਣਦੀ ਨਹੀਂ। ਜਦੋਂ ਹੁਣ ਬਿਲਕੁਲ ਸਾਡੇ ਕੋਲ ਪਰੂਫ ਆ ਗਿਆ, ਉਹ ਬੰਦਾ ਕਹਿ ਰਿਹਾ ਕਿ ਮੇਰੇ ਨਾਲ ਸੀ, ਇਹਨੂੰ ਕੋ ਆ ਅਸੀਂ ਇਹ ਸਾਡੇ ਇਸ ਵੇਲੇ ਮੌਕੇ 'ਤੇ ਸੀ, ਉਹਨੂੰ ਪ੍ਰੋਡਕਸ਼ਨ ਬਣ 'ਤੇ ਲਿਆ ਕੇ ਫਿਰ ਉਹਨੂੰ ਇਨਵੋਲਵ ਕੀਤਾ।